जिस पंजाबी देख रहे हो सारे दर्शकों नू मेरे वालों प्यारी सत श्री अकाल तुहाडा स्वागत प्रोग्राम लॉ गाइड लाइव विद जसप्रीत सिंह अटॉर्नी एट लॉ सानू ज्वाइन करे कैलिफोर्निया तो जसप्रीत सिंह जसप्रीत जी तुहाडा प्रोग्राम दे विच एक बारी फिर स्वागत हर हफ्ते लाइव इस प्रोग्राम दे विच वक-वक सत श्री अकाल लीगल अपडेट्स व्यूअर्स दे नाल आपां शेयर करदे हां मैं सारयां नू दसना चाहुंदी हां कि जिथे इमीग्रेशन दी गल आंदी है खास करके लीगल वर्ल्ड दे विच तुहाडा तजुर्बा इस कंट्री इस फील्ड दे विच इन्ने सालां दा हैगा नेशन वाइड तुहाडे ऑफिस न्यूयॉर्क कैलिफोर्निया मैं चाहवांगी कि जिस तरह तुसी साडे नाल हर हफ्ते शुरुआत करदे हो इमीग्रेशन रिलेटेड केसिस नूं लैके वक-वक अपडेट्स दे नाल ते अज भी उहदे नाल ही शुरू करदे हां की अपडेट्स हन साडे लई एक तां शमिता जी जिहड़ियां इमीग्रेशन कोर्ट्स दीआं डेटा हैगीआं नॉन डिटेन्ड केसिस दीआं खास करके न्यूयॉर्क ਉਹ ਹੁਣ ਨਵੰਬਰ ਦੇ ਸੈਕੰਡ ਵੀਕ ਤੱਕ ਕੋਰਟ ਨਹੀਂ ਅਜੇ ਖੁੱਲੀ ਉਹ ਅੱਗੇ ਫਿਰ ਦੁਬਾਰਾ ਪੋਸਟਪੋਨ ਹੋ ਗਈਆਂ ਤੇ ਸੈਕੰਡ ਵੀਕ ਆਫ ਨਵੰਬਰ ਤੋਂ ਬਾਅਦ ਪਤਾ ਲੱਗੂਗਾ ਵੀ ਨਿਊਯਾਰਕ ਦੀ ਕੋਰਟ ਕਦੋਂ ਖੁੱਲਦੀ ਹੈ ਬਾਕੀ ਜਿਹੜੀਆਂ ਇਮੀਗ੍ਰੇਸ਼ਨ ਕੋਰਟਾਂ ਨੇ ਸਾਰੀਆਂ ਉਹ ਖਾਸ ਕਰਕੇ ਕੈਲੀਫੋਰਨੀਆ ਹੋ ਗਿਆ ਜਾਂ ਸਿਆਟਲ ਵਾਸ਼ਿੰਗਟਨ ਹੋ ਗਿਆ ਐਰੀਜ਼ੋਨਾ ਹੋ ਗਿਆ ਨਿਊਯਾਰਕ ਨਿਊ ਜਰਸੀ ਹੋ ਗਿਆ ਸ਼ਿਕਾਗੋ ਇਲੀਨੋਏ ਹੋ ਗਿਆ ਉਹ ਸਾਰੀਆਂ ਖੁੱਲੀਆਂ ਨੇ ਤੇ ਉਹਨਾਂ ਦਾ ਜਿਹੜਾ ਹੈਗਾ ਉਹ ਲੇਕਿਨ ਉਸ ਜਿਹੜੀਆਂ ਮਾਸਟਰ ਹੀਅਰਿੰਗ ਡੇਟਸ ਨੇ ਉਹ ਨਹੀਂ ਹੋ ਰਹੀਆਂ ਜਿਹੜੀਆਂ ਫਾਈਨਲ ਡੇਟਾਂ ਨੇ ਇੰਡੀਵਿਜੂਅਲ ਉਹ ਹੋ ਰਹੀਆਂ ਸੋ ਮਾਸਟਰ ਡੇਟਾਂ ਵਾਸਤੇ ਜਿਹੜਾ ਸਾਰੀਆਂ ਡੇਟਾਂ ਨੇ ਉਹ ਮੋਸਟਲੀ ਅਗਲੇ ਸਾਲ ਤੇ ਆਪਣੇ ਆਪ ਹੀ ਉਹ ਜਨ ਕਰੀ ਜਾ ਰਹੇ ਆ ਤੇ ਜਿਹੜੀਆਂ ਇੰਡੀਵਿਜੂਅਲ ਡੇਟਾਂ ਨੇ ਜਿਹੜੀ ਫਾਈਨਲ ਡੇਟ ਹੁੰਦੀ ਆ ਉਹਦੇ ਵਿੱਚੋਂ ਵੀ ਤਕਰੀਬਨ 1/3 ਹੁੰਦੀਆਂ ਨੇ ਜਿਵੇਂ ਹੁਣ ਫਾਈ ਕਰੋ 10 ਡੇਟਾਂ ਹੈਗੀਆਂ ਮਹੀਨੇ 'ਚ ਤਾਂ 10 'ਚੋਂ 3 ਜਾਂ 4 ਹੋਣਗੀਆਂ ਬਾਕੀ ਉਹ ਅਰਜਨ ਕਰਨ ਦੇ ਕਿਉਂਕਿ ਉਹ ਦਿਨ ਦੇ ਵਿੱਚ 1 ਜਾਂ 2 ਡੇਟਾ ਸੁਣਦੇ ਜੱਜ ਇਸ ਤੋਂ ਵੱਧ ਕੇਸ ਨਹੀਂ ਸੁਣਦੇ ਜੀ ਤੇ ਦੂਸਰਾ ਇਹ ਆ ਕਿ ਜਿਹੜਾ H1B ਆ ਜਿਹੜੀਆਂ ਇਹਨਾਂ ਨੇ ਰਿਸਟ੍ਰਿਕਸ਼ਨਸ ਲਾਈਆਂ ਸੀਗੀਆਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਤੇ ਉਹਦੇ ਖਿਲਾਫ 3 ਲਾਅਸੂਟ ਹੋਏ ਆ ਤੇ ਅਲੱਗ ਅਲੱਗ ਕੋਰਟਾਂ ਦੇ ਵਿੱਚ ਤੇ ਉਹ 3 ਜਿਹੜੇ ਨੇ ਅਲੱਗ ਅਲੱਗ ਮਤਲਬ ਜਿਹੜੀਆਂ ਆਰਗਨਾਈਜੇਸ਼ਨਸ ਵੱਲੋਂ ਹੋਏ ਨੇ ਇੱਕ ਤਾਂ ਜਿਹੜੀਆਂ ਮਤਲਬ ਹਾਰਵਰਡ ਯੂਨੀਵਰਸਿਟੀ ਉਹਨਾਂ ਨਾਲ ਕੁਛ ਨਹੀਂ ਉਹਨਾਂ ਵੱਲੋਂ ਹੋਇਆ ਇੱਕ ਜਿਹੜਾ ਹੈਗਾ ਉਹ ਜਿਹੜੇ ਬਿਜ਼ਨਸ ਵਾਲੇ ਉਹਨਾਂ ਵੱਲੋਂ ਆ ਤੇ ਇੱਕ ਹੋਰ ਤੀਸਰਾ ਤੇ ਇਹ ਤਿੰਨਾਂ ਦਾ ਮਤਲਬ ਇਹ ਆ ਵੀ ਜਿਹੜੀਆਂ ਇਹਨਾਂ ਨੇ ਰਿਸਟ੍ਰਿਕਸ਼ਨਸ ਲਾਈਆਂ ਸੀਗੀਆਂ H1 ਤੇ ਖਾਸ ਕਰਕੇ ਸਪੈਸ਼ਲਿਟੀ ਆਕੂਪੇਸ਼ਨ ਨੂੰ ਚੇਂਜ ਕੀਤਾ ਤੇ ਜਿਹੜਾ ਡਿਪਾਰਟਮੈਂਟ ਆਫ ਲੇਬਰ ਦਾ ਜਿਹੜੀ ਵੇਜ ਹੁੰਦੀ ਆ ਵੀ ਕਿੰਨੀ ਵੇਜ ਹੋਏਗੀ ਉਹ ਇਹਨਾਂ ਨੇ ਮਤਲਬ ਆਲਮੋਸਟ ਡਬਲ ਕਰਤੀ ਸੀਗੀ ਉਹਦਾ ਮਤਲਬ ਆ ਕਿ ਜੇ ਇੱਕ ਪੋਜੀਸ਼ਨ ਫਰਜ਼ ਕਰੋ ਮੈਨੇਜਰ ਦੀ ਪੋਜੀਸ਼ਨ ਦੇ ਵਿੱਚ ਕਿਸੇ ਬੰਦੇ ਨੂੰ ਕਿਸੇ ਕੰਪਨੀ ਨੇ ਅਮਰੀਕਾ 'ਚ ਹਾਇਰ ਕਰਨਾ ਜੇ ਉਹਦੀ ਸੈਲਰੀ 80,000 ਆ ਲੇਬਰ ਡਿਪਾਰਟਮੈਂਟ ਦੇ ਮੁਤਾਬਿਕ ਤੇ ਜੇ ਉਹੀ ਬੰਦੇ ਨੂੰ H1 ਤੋਂ ਇੰਡੀਆ ਤੋਂ ਮੰਗਾਉਣਾ ਜਾਂ ਕਿਸੇ ਬਾਹਰੋਂ ਕੰਟਰੀ ਤੋਂ ਮੰਗਾਉਣਾ ਤਾਂ ਉਹਨੂੰ ਇਹਨਾਂ ਨੂੰ ਡਬਲ ਦੇਣਾ ਪਏਗਾ ਆਲਮੋਸਟ 1.5 ਲੱਖ ਦੇਣਾ ਪਏਗਾ ਉਹਦੇ ਕਰਕੇ ਫਿਰ ਉਹ ਜਿਹੜਾ ਮਤਲਬ ਬਿਜ਼ਨਸ ਵਰਲਡ ਆ ਉਹਦੇ ਵਿੱਚ ਇਹ ਸੀਗਾ ਕਿ ਅਸੀਂ ਤਾਂ ਕੰਪੀਟ ਕਰਨਾ ਲੋਕਾਂ ਨਾਲ ਤੇ ਅਸੀਂ ਹੁਣ $1.5 ਲੱਖ ਦੇ ਕੇ ਬਾਹਰੋਂ ਬੰਦਾ ਇੱਥੇ ਬੁਲਾਵਾਂਗੇ 80,000 ਦੀ ਪੋਜੀਸ਼ਨ ਤੇ ਤੇ ਉਹ ਕੋਈ ਸੈਂਸ ਹੀ ਨਹੀਂ ਮੇਕ ਕਰਦਾ ਉਹ ਤੇ ਇਸ ਕਰਕੇ ਸਾਡਾ ਨੁਕਸਾਨ ਹੋਏਗਾ ਤੇ ਉਹ ਉਹਨਾਂ ਨੇ ਜਿਹੜਾ ਲਾਅ ਸੂਟ ਕੀਤਾ ਤੇ ਜਿਵੇਂ ਹੁਣ ਪਹਿਲੇ ਇਹਨਾਂ ਦੇ ਜਿਹੜੇ ਆਰਡਰਸ ਹੋਏ ਨੇ ਉਹਨਾਂ ਦੇ ਲਾਅ ਸੂਟ ਪ੍ਰਵੇਲ ਕੀਤੇ ਨੇ ਇਹ ਵੀ ਲੱਗਦਾ ਵੀ ਇਹ ਲਾਅ ਸੂਟ ਵੀ H1 ਵਾਲਿਆਂ ਦੇ ਫੇਵਰ 'ਚ ਹੀ ਹੋਏਗਾ ਪਰ ਅਜੇ ਕੋਈ ਡਿਸੀਜਨ ਨਹੀਂ ਆਇਆ ਪਰ ਆਉਂਦੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਉਹਦੇ 'ਚ ਕੀ ਡਿਸੀਜਨ ਆਉਂਦਾ ਜੀ ਜੀ ਇਹ ਤਾਂ ਸੀਗੀਆਂ ਅਪਡੇਟਸ ਜਿੱਥੇ ਲੋਕਾਂ ਦੇ ਇਮੀਗ੍ਰੇਸ਼ਨ ਕੇਸਿਸ ਹੈਗੇ ਪੈਂਡਿੰਗ ਇਸ ਵੇਲੇ ਪ੍ਰੋਸੈਸ ਹੋ ਰਹੇ ਹੈ ਬਟ ਜਸਪ੍ਰੀਤ ਜੀ ਇੱਕ ਹਫ਼ਤਾ ਰਹਿ ਗਿਆ ਹੈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੱਕ ਇਸ ਕੰਟਰੀ ਦੇ ਵਿੱਚ ਅਰਲੀ ਵੋਟਿੰਗ ਸਾਨੂੰ ਰੈਕਰਡ ਬ੍ਰੇਕਿੰਗ ਨੰਬਰਸ ਵਿੱਚ ਦੇਖਣ ਨੂੰ ਮਿਲ ਰਹੀ ਆਈ ਥਿੰਕ 60 or 70 million ਲੋਕ ਵੋਟ ਆਲਰੇਡੀ ਆਪਣੀ ਸਬਮਿਟ ਕਰ ਚੁੱਕੇ ਹੈ ਅਰਲੀ ਵੋਟਿੰਗ ਦੇ ਰਾਹੀਂ ਅਤੇ ਜਿੱਥੇ ਅਗਰ ਆਪਾਂ ਲੀਗਲ ਵਰਲਡ ਦੀ ਗੱਲ ਕਰੀਏ ਕੁਛ ਵੱਡੀ ਹੈਡਲਾਈਨਸ ਇਸ ਵੇਲੇ ਜੁੜੀ ਹਨ ਜਿੱਥੇ ਲੀਗਲ ਵਰਲਡ ਅਤੇ ਇਲੈਕਸ਼ਨ ਰਿਲੇਟਡ ਹੈ ਖਾਸ ਕਰਕੇ ਸੁਪਰੀਮ ਕੋਰਟ ਨੋਮੀਨੇਸ਼ਨ ਜੱਜ ਏਮੀ ਕੋਨੀ ਬੈਰਟ ਅਫੀਸ਼ਲੀ ਨੋਮੀਨੇਟ ਹੋ ਚੁੱਕੇ ਹੈ ਸੁਪਰੀਮ ਕੋਰਟ ਅਤੇ ਕੁਛ ਖਬਰਾਂ ਸੁਣਨ ਨੂੰ ਮਿਲ ਰਹੀਆਂ ਦੈਟ ਇਹਨਾਂ ਦਾ ਰੋਲ ਇਸ ਇਲੈਕਸ਼ਨ ਨੂੰ ਡਿਸਾਈਡ ਕਰਨ ਲਈ ਬਹੁਤ ਵੱਡੇ ਲੈਵਲ 'ਤੇ ਹੋ ਸਕਦਾ ਹੈ ਵਿਸਕੌਨਸਨ ਪੈਨਸਿਲਵੇਨੀਆ ਦੇ ਵਿੱਚ ਵੀ ਵੋਟਿੰਗ ਨੂੰ ਲੈ ਕੇ ਕੁਛ ਕੇਸਿਸ ਸੁਪਰੀਮ ਕੋਰਟ ਤੱਕ ਪਹੁੰਚੇ ਹਨ ਤੁਹਾਨੂੰ ਕੀ ਲੱਗਦਾ ਹੈ ਕਿ ਸੁਪਰੀਮ ਕੋਰਟ ਜੋ ਕਿ ਇਸ ਵੇਲੇ ਰਿਪਬਲਿਕਨਸ ਜਾਂ ਕੰਸਰਵੇਟਿਵ ਮਜੋਰਿਟੀ ਦੀ ਬਣ ਚੁੱਕੀ ਹੈ 6-3 ਕਿਸ ਤਰ੍ਹਾਂ ਅਗਰ ਕੋਈ ਇਲੈਕਸ਼ਨ ਦੇ ਇਸ਼ੂਜ਼ ਆਉਂਦੇ ਆ ਉਹਨਾਂ ਦੇ ਟੇਬਲ 'ਤੇ ਅਗਲੇ ਹਫ਼ਤੇ ਤੋਂ ਬਾਅਦ ਕਿਸ ਤਰ੍ਹਾਂ ਉਹ ਇਸ ਚੀਜ਼ 'ਤੇ ਰੂਲ ਕਰਨਗੇ ਦੇਖੋ ਜਿਹੜੇ ਇਲੈਕਸ਼ਨ ਦੇ ਇਸ਼ੂਜ਼ ਨੇ ਉਹ ਸੁਪਰੀਮ ਕੋਰਟ ਕੋਲ ਤਾਂ ਜਾਣਗੇ ਜੇ ਇਲੈਕਸ਼ਨ ਜਿਹੜੀ ਹੈਗੀ ਆ ਉਹ ਟੂ ਕਲੋਜ਼ ਹੋਏਗੀ ਜੇ ਇਲੈਕਸ਼ਨ ਟਾਈਟ ਹੋਏਗੀ
ਜੇ ਇਲੈਕਸ਼ਨ ਜਿਹੜੀ ਆ ਉਹ ਕਲੀਅਰ ਮੈਂਡੇਟ ਮਤਲਬ ਮਿਲਦਾ ਜੋ ਬਾਈਡਨ ਨੂੰ ਜਾਂ ਪ੍ਰੈਜ਼ੀਡੈਂਟ ਟਰੰਪ ਨੂੰ, ਤਾਂ ਮੇਰਾ ਨਹੀਂ ਖਿਆਲ ਵੀ ਉਹ ਸੁਪਰੀਮ ਕੋਰਟ ਦੇ ਵਿੱਚ ਜਾਏਗੀ, ਤੇ ਜਾਣੀ ਚਾਹੀਦੀ ਵੀ ਨਹੀਂ, ਕਿਉਂਕਿ ਇਲੈਕਸ਼ਨ ਜਿਹੜੀ ਆ ਦਾ ਫੈਸਲਾ ਤਾਂ ਲੋਕ ਕਰਦੇ ਆ, ਅਮਰੀਕਨ ਸਿਟੀਜ਼ਨ ਕਰਦੇ ਆ, ਇਹਨਾਂ ਦੀ 18 ਸਾਲ ਤੋਂ ਉੱਪਰ ਉਮਰ ਆ, ਨਾ ਕਿ ਕੋਟਾਂ ਕਰਦੀਆਂ। ਪਰ ਇੱਕ ਐਕਸਪੀਰੀਅੰਸ ਹੈਗਾ ਕੋਰਟ ਦਾ, ਉਹ ਹੈਗਾ ਜਿਹੜਾ ਬੁਸ਼ ਵਰਸਿਸ ਗੋਰ, ਕਿ ਜਦੋਂ ਜਾਰਜ ਬੁਸ਼ ਦੀ ਇਲੈਕਸ਼ਨ ਸੀਗੀ, ਉਧਰੋਂ ਐਲ ਗੋਰ ਖੜੇ ਸੀਗੇ, ਤੇ ਉਸ ਇਲੈਕਸ਼ਨ ਦੇ ਵਿੱਚ ਜਿਹੜੀ ਸਾਰੀ ਗੱਲ ਆ ਕੇ ਇੱਕ ਸਟੇਟ ਤੇ ਖੜ ਗਈ, ਉਹ ਸੀਗੀ ਫਲੋਰੀਡਾ। ਤੇ ਉਹਦੇ ਵਿੱਚ ਜਿਹੜੀਆਂ ਬੈਲਟ ਸੀਗੀਆਂ ਉਹਨਾਂ ਦੀ ਪਹਿਲਾਂ ਕਾਊਂਟਿੰਗ ਹੋਈ, ਫਿਰ ਰੀਕਾਊਂਟਿੰਗ ਹੋਈ, ਫਿਰ ਰੀਕਾਊਂਟਿੰਗ ਹੋਈ। ਤੋਂ ਪਹਿਲਾਂ ਉਹਨਾਂ ਦੀ ਲੀਡ 1100 ਸੀਗੀ ਬੁਸ਼ ਦੀ, ਬਾਅਦ ਘੱਟ ਕੇ 800 ਰਹਿ ਗਈ। ਤਾਂ ਉਹ ਕੇਸ ਸੁਪਰੀਮ ਕੋਰਟ 'ਚ ਗਿਆ, ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਵੀ ਨਹੀਂ, ਹੁਣ ਵਾਰ ਵਾਰ ਰੀਕਾਊਂਟਿੰਗ ਜਿਹੜੀ ਇੰਨੀ ਵਾਰੀ ਹੋ ਗਈ ਆ, ਉਹ ਕਰਨ ਦੀ ਲੋੜ ਨਹੀਂ। ਤੇ ਗੋਰ ਨੂੰ ਲੱਗਦਾ ਸੀ ਵੀ ਜੇ ਹੋਰ ਹੋ ਜਾਂਦੀ ਦੁਬਾਰਾ ਤਾਂ ਸ਼ਾਇਦ ਉਹ ਮਤਲਬ ਬਣ ਜਾਂਦੇ, ਪਰ ਜਦੋਂ ਕੋਸ਼ਿਸ਼ ਬਾਰ ਬਾਰ ਕੀਤੀ ਗਈ ਤਾਂ 872 ਮਤਲਬ ਵੋਟਾਂ ਤੇ ਜਾਰਜ ਬੁਸ਼ ਪ੍ਰੈਜ਼ੀਡੈਂਟ ਬਣੇ ਅਮਰੀਕਾ ਦੇ। ਉਹੋ ਜਿਹੀ ਜੇ ਸਿਚੁਏਸ਼ਨ ਆ ਜਾਂਦੀ ਆ, ਖਾਸ ਕਰਕੇ ਮੇਲ ਇਨ ਬੈਲਟਸ ਦੀ, ਕਿਉਂਕਿ ਜਿਹੜਾ ਹੁਣ ਪ੍ਰੋਬਲਮ ਇਹ ਆ ਵੀ ਬਹੁਤ ਜ਼ਿਆਦਾ ਮੇਲ ਇਨ ਬੈਲਟਸ ਨੇ, ਇੰਨੀਆਂ ਮੇਲ ਇਨ ਬੈਲਟਸ ਕਿਸੇ ਰੀਸੈਂਟ ਇਲੈਕਸ਼ਨ ਦੇ ਵਿੱਚ ਕਦੇ ਨਹੀਂ ਹੋਈਆਂ ਜੀ। ਤੇ ਜਿਹੜੀਆਂ ਮੇਲ ਇਨ ਬੈਲਟਸ ਨੇ ਉਹਨਾਂ ਨੂੰ ਗਿਣਨਾ, ਤੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਜਿਹੜਾ ਹੁਣ ਕੁਐਸਚਨ ਇਹ ਆਉਣਾ ਵੀ ਜਿਹੜੀਆਂ ਬੈਲਟਸ ਉਸ ਦਿਨ ਰਿਸੀਵ ਨਾ ਹੋਈਆਂ, ਵੀ ਫਰਜ਼ ਕਰੋ ਪੋਸਟਮਾਰਕ ਹੋਈਆਂ ਉਸ ਦਿਨ 3rd ਨੂੰ, ਤੇ ਰਿਸੀਵ ਜਾ ਕੇ ਹੁੰਦੀਆਂ 4th ਜਾਂ 5th ਨੂੰ ਜਾਂ 6th ਨੂੰ, ਉਹਨਾਂ ਦਾ ਕੀ ਕਰਨਾ। ਉਦੋਂ ਬਾਅਦ ਕਈ ਜਿਹੜੀਆਂ ਹੈਗੀਆਂ ਪ੍ਰੋਵੀਜ਼ਨਲ ਬੈਲਟਸ ਹੁੰਦੀਆਂ ਨੇ, ਤੇ ਜਿਹੜੀਆਂ ਪ੍ਰੋਵੀਜ਼ਨਲ ਬੈਲਟਸ ਨੇ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਕਿੰਨੀ ਕੁ ਆ। ਸੋ ਜੇ ਤਾਂ ਇਲੈਕਸ਼ਨ ਹੈਗੀ ਆ ਕਲੋਜ਼, ਵੀ ਜਿਵੇਂ ਨੈਕ ਐਂਡ ਨੈਕ ਚੱਲ ਰਿਹਾ ਦੋਨੋਂ, ਫਿਰ ਤਾਂ ਇੱਕ ਇੱਕ ਵੋਟ ਦਾ ਫਰਕ ਪਏਗਾ, ਮਤਲਬ ਜਿੰਨੀਆਂ ਪ੍ਰੋਵੀਜ਼ਨਲ ਬੈਲਟਸ ਹੈਗੀਆਂ ਉਹਨਾਂ ਦਾ ਫਰਕ ਪਏਗਾ, ਜਿਹੜੇ ਅਬਸੈਂਟੀ ਬੈਲਟਸ ਨੇ ਉਹਨਾਂ ਦਾ ਪਏਗਾ, ਮੇਲ ਇਨ ਦਾ ਪਏਗਾ। ਪਰ ਜੇ ਇਲੈਕਸ਼ਨ 'ਚ ਮਤਲਬ ਬਹੁਤ ਜ਼ਿਆਦਾ ਫਰਕ ਆ, ਫਰਜ਼ ਕਰੋ ਇੱਕ ਕੈਂਡੀਡੇਟ ਦੂਜੇ ਕੈਂਡੀਡੇਟ ਤੋਂ 1 ਮਿਲੀਅਨ ਵੋਟ ਤੋਂ ਅੱਗੇ ਆ ਜਾਂ 5 ਲੱਖ ਵੋਟਾਂ ਤੋਂ ਅੱਗੇ ਆ, ਉਹਦੇ ਨਾਲ ਜੇ 20-25 ਹਜ਼ਾਰ ਪ੍ਰੋਵੀਜ਼ਨਲ ਬੈਲਟ ਜਾਂ 50 ਹਜ਼ਾਰ ਮੇਲ ਇਨ ਬੈਲਟ ਜਿਹੜੇ ਚਾਹੇ ਲੇਟ ਵੀ ਆਈ ਆ, ਉਹਦੇ ਨਾਲ ਫਰਕ ਨਹੀਂ ਪੈਣਾ। ਸੋ ਇਹ ਡਿਪੈਂਡ ਕਰੇਗਾ ਕਿੰਨੀ ਕਲੋਜ਼ ਆ। ਸੋ ਜੇ ਕਲੋਜ਼ ਇਲੈਕਸ਼ਨ ਹੁੰਦੀ ਆ ਤਾਂ ਇਹ ਆਸ ਕੀਤੀ ਜਾ ਰਹੀ ਆ ਵੀ ਕੇਸ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਤੱਕ ਜਾਏਗਾ, ਪਹਿਲਾਂ ਡਿਸਟ੍ਰਿਕਟ ਕੋਰਟ ਜਾਏਗਾ, ਫਿਰ ਸੁਪਰੀਮ ਕੋਰਟ ਜਾਏਗਾ, ਤੇ ਉਹਦੇ ਵਿੱਚ ਫਿਰ ਇਹ ਮਤਲਬ 1 ਜਾਂ 2 ਸਟੇਟਾਂ ਵਿੱਚ, ਜ਼ਿਆਦਾਤਰ ਇਹ ਕਹਿ ਰਹੇ ਆ ਕਿ ਪੈਨਸਲਵੇਨੀਆ, ਵਿਸਕੌਨਸਿਨ ਤੇ ਜਾਂ ਫਲੋਰੀਡਾ, ਇਹਨਾਂ 3 ਸਟੇਟਾਂ ਦੇ ਵਿੱਚ ਜ਼ਿਆਦਾ ਉਮੀਦ ਹੈਗੀ ਆ, ਕਿਉਂਕਿ ਇਲੈਕਸ਼ਨ, ਕਿਉਂਕਿ ਜਿਹੜੀ ਪੈਨਸਲਵੇਨੀਆ ਤੇ ਵਿਸਕੌਨਸਿਨ ਇਸ ਕਰਕੇ ਕਹਿ ਰਹੇ ਆ ਕਿ ਪੈਨਸਲਵੇਨੀਆ, ਵਿਸਕੌਨਸਿਨ ਤੇ ਮਿਸ਼ੀਗਨ ਉਹ ਸਟੇਟਾਂ ਸੀ ਜਿਹੜੀਆਂ ਕਿ ਲਾਸਟ ਟਾਈਮ ਪ੍ਰੈਜ਼ੀਡੈਂਟ ਟਰੰਪ ਨੇ ਜਿੱਤੀਆਂ ਸੀਗੀਆਂ ਹਿਲਰੀ ਤੋਂ ਜੀ, ਤੇ ਟ੍ਰੈਡੀਸ਼ਨਲੀ ਡੈਮੋਕ੍ਰੈਟਿਕ ਸਟੇਟਾਂ ਨੇ। ਜੇ 3 ਸਟੇਟਾਂ ਜੋ ਬਾਇਡਨ ਜਿੱਤ ਜਾਂਦੇ ਆ ਤੇ ਸਾਰੀਆਂ ਹਿਲਰੀ ਵਾਲੀਆਂ ਜਿੱਤ ਜਾਂਦੇ ਨੇ, ਤਾਂ ਉਹਨਾਂ ਨੂੰ ਹੋਰ ਕਿਸੇ ਸਟੇਟ ਦੀ ਲੋੜ ਨਹੀਂ, ਉਹਨਾਂ ਦਾ ਜਿਹੜਾ ਨੰਬਰ ਹੈਗਾ ਇਲੈਕਟੋਰਲ ਕਾਲਜ ਦਾ ਉਹ 290 ਕ੍ਰੋਸ ਕਰ ਜਾਂਦਾ ਜੀ। ਤੇ ਇਹ ਜੇ ਜਿਹੜੀਆਂ ਸਟੇਟਾਂ ਨੇ, ਜੇ ਇਹ ਮਤਲਬ ਪ੍ਰੈਜ਼ੀਡੈਂਟ ਟਰੰਪ ਜਿੱਤਦੇ ਨੇ, ਫਿਰ ਜਿਹੜਾ ਜੋ ਬਾਇਡਨ ਆ ਉਹਨਾਂ ਨੂੰ ਦੂਜੀਆਂ ਸਟੇਟਾਂ ਦੀ ਮਤਲਬ ਪੈ ਸਕਦੀ ਹੈ, ਹਾਂਜੀ, ਆਸਰਾ ਲੈਣਾ ਪਏਗਾ, ਜਿਸ ਤਰ੍ਹਾਂ ਜਿੱਦਾਂ ਫਲੋਰੀਡਾ ਹੋ ਗਿਆ, ਜਾਰਜੀਆ ਹੋ ਗਿਆ, ਐਰੀਜ਼ੋਨਾ ਚ ਵੀ ਅੱਗੇ ਚੱਲ ਰਹੇ ਨੇ ਇਹਨਾਂ ਸਟੇਟਾਂ ਦਾ ਜੀ। ਸੋ ਇਹ ਸੁਪਰੀਮ ਕੋਰਟ ਤੱਕ ਤਾਂ ਹੀ ਜਾਏਗਾ ਜੇ ਇਲੈਕਸ਼ਨ ਕਲੋਜ਼ ਹੋਏਗੀ, ਜੇ ਇਲੈਕਸ਼ਨ ਕਲੋਜ਼ ਨਾ ਹੋਈ ਫਿਰ ਇਹ ਸੁਪਰੀਮ ਕੋਰਟ ਤੱਕ ਨਹੀਂ ਜਾਂਦਾ ਜੀ। ਜਸਪ੍ਰੀਤ ਜੀ, ਜਿੱਥੇ ਇਲੈਕਸ਼ਨ ਦੀ ਕਲੋਜ਼ ਹੋਣ ਦੀ ਗੱਲ ਆਉਂਦੀ ਹੈ, ਇਸ ਵੇਲੇ ਜੋ ਪੋਲਸ ਨੈਸ਼ਨਲ ਅਤੇ ਵੱਖ ਵੱਖ ਸਟੇਟ ਦੇ ਪੋਲਸ ਹਨ, ਕਾਫੀ ਈਵਨਲੀ ਟਾਈਡ ਆਈ ਥਿੰਕ। ਜੋ ਲੇਟੈਸਟ ਨੈਸ਼ਨਲ ਪੋਲ ਹੈਗਾ, ਜੋ ਬਾਈਡਨ ਨੂੰ 51% ਤੇ ਦਿਖਾ ਰਿਹਾ ਅਤੇ ਪ੍ਰੈਜ਼ੀਡੈਂਟ ਟਰੰਪ ਨੂੰ ਥੋੜ੍ਹਾ ਜਿਹਾ ਪਿੱਛੇ ਉਹਨਾਂ 'ਤੇ, ਬਟ ਸਾਨੂੰ ਪਤਾ ਹੈ ਆਫਟਰ 2016 ਤੋਂ ਬਾਅਦ ਕਿ ਪੋਲਸ ਨੂੰ ਤੁਸੀਂ ਇੱਕ ਹੱਦ ਤੱਕ ਹੀ ਮੰਨ ਸਕਦੇ ਹੋ ਕਿ ਪੋਲਸ ਕਦੀ ਕਦਾਰ ਬਹੁਤ ਗਲਤ ਵੀ ਹੋ ਸਕਦੇ ਹਨ, ਐਂਡ ਦੇਅਰ ਇਜ਼ ਅ ਸੱਚ ਥਿੰਗ ਐਜ਼ ਅ ਸਾਇਲੈਂਟ ਮੈਜੋਰਿਟੀ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਲਾਸਟ ਟਾਈਮ ਜਿੱਤੇ ਸੀ ਉਹ ਵੇਖਣ ਨੂੰ ਮਿਲੀ ਸੀ। ਅਗਰ ਇਹ ਇਲੈਕਸ਼ਨ ਕਲੋਜ਼ ਹੁੰਦਾ ਹੈ, ਅੱਜ ਹੀ ਇੱਕ ਸਟੇਟਮੈਂਟ ਜਸਟਿਸ, ਸੁਪਰੀਮ ਕੋਰਟ ਜਸਟਿਸ ਜੱਜ ਕੈਵਨਾ ਤੋਂ ਰਿਲੀਜ਼ ਹੋਈ ਹੈ ਕਿ ਵਿਸਕੌਨਸਨ ਨੂੰ ਲੈ ਕੇ ਉਹ ਐਕਸਟੈਂਸ਼ਨ ਨਹੀਂ ਕਰਨਗੇ ਬੈਲਟਸ ਨੂੰ ਐਕਸੈਪਟ ਕਰਨ ਦੀ, ਜਿਸ ਤਰ੍ਹਾਂ ਪੈਨਸਲਵੇਨੀਆ ਨੇ ਇਸ ਵੇਲੇ ਰੂਲਿੰਗ ਕੀਤੀ ਸੀ ਉਹਨਾਂ ਦੀ ਸੁਪਰੀਮ ਕੋਰਟ ਨੇ, ਕਿ ਤੁਸੀਂ 3 ਐਕਸਟਰਾ ਦਿਨ ਐਕਸੈਪਟ ਕਰ ਸਕਦੇ ਹੋ ਅਗਰ ਕੋਈ ਬੈਲਟਸ ਆਉਂਦੇ ਆ ਇਲੈਕਸ਼ਨ ਦਿਨ ਤੋਂ ਬਾਅਦ। ਸੋ ਵਿਸਕੌਨਸਨ ਦੇ ਵਿੱਚ ਇਹ ਚੀਜ਼ ਅਲਾਊਡ ਨਹੀਂ ਹੋਏਗੀ ਜੱਜ ਕੈਵਨਾ ਦੇ ਸਟੇਟਮੈਂਟ ਦੇ ਮੁਤਾਬਿਕ। ਅਗਰ ਇਹੋ ਜਿਹੀ ਚੀਜ਼ ਹੁੰਦੀ ਹੈ
ਤੁਹਾਡੇ ਖਿਆਲ 'ਚ, ਬਿਕੋਜ਼ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਦੇਖੋ ਦੀ ਇਲੈਕਸ਼ਨ ਕੈਂਟ ਗੋ ਔਨ ਫੋਰ ਐਵਰ, ਕਦੀ ਨਾ ਕਵਾਰ ਤਾਂ ਤੁਹਾਨੂੰ ਇੱਕ ਐਂਡ ਲਿਮਿਟ ਸੈੱਟ ਕਰਨੀ ਹੀ ਪੈਣੀ ਹੈ, ਬਟ ਇੱਕ ਪਾਸੇ ਪੈਨਸਲਵੇਨੀਆ ਦਾ ਐਗਜ਼ਾਮਪਲ, ਇੱਕ ਪਾਸੇ ਵਿਸਕੌਨਸਿਨ ਜਿੱਥੇ ਬਿਲਕੁਲ ਵੀ ਤੁਹਾਡੇ ਕੋਲ ਫਲੈਕਸੀਬਿਲਿਟੀ ਨਹੀਂ ਹੈਗੀ। ਪੈਨਸਲਵੇਨੀਆ ਦੇ ਵਿੱਚ 3 ਐਕਸਟਰਾ ਦਿਨ ਉਹਨਾਂ ਨੇ ਆਪਣੇ ਪੋਸਟਲ ਸਰਵਿਸ, ਆਪਣੇ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਇਸ ਚੀਜ਼ ਲਈ। ਤੁਹਾਡੇ ਖਿਆਲ 'ਚ ਇਸ ਸਾਲ ਯੂਨੀਕ ਸਰਕਮਸਟਾਂਸਿਸ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿਸ ਤਰ੍ਹਾਂ ਦੇ ਪ੍ਰੋਵਿਜ਼ਨਸ ਸਟੇਟਸ ਨੂੰ ਅਲਾਓ ਕਰਨੇ ਚਾਹੀਦੇ ਹੈ ਵੋਟਾਂ ਨੂੰ ਐਕਸੈਪਟ ਕਰਨ ਲਈ? ਦੇਖੋ ਕਿਉਂਕਿ ਇਹ ਇੱਕ ਐਕਸਟਰਾਆਰਡਨਰੀ ਇਅਰ ਹੈ, ਇਹ ਆਮ ਸਾਲਾਂ ਵਰਗਾ ਨਹੀਂ ਹੈਗਾ, ਤੇ ਐਤਕੀ ਜ਼ਿਆਦਾ ਜਿਹੜੀ ਵੋਟ ਹੈਗੀ ਆ ਉਹ ਕਾਫੀ ਜ਼ਿਆਦਾ ਵੋਟ ਜਿਹੜੀ ਆ ਉਹ ਮੇਲ ਨਾਲ ਜਾਣੀ ਆ, ਮੇਲ ਇਨ ਜਾਣੀ ਆ, ਤੇ ਇਸ ਕਰਕੇ ਉਹਨੂੰ ਹੁਣ ਜਿਹੜੀ ਹੁਣ ਮੇਲ ਵਾਲੀ ਵੋਟ ਆ ਉਹ ਇਹ ਤਾਂ ਹੈ ਨਹੀਂ ਵੀ ਅੱਜ ਪਾਤੀ ਤੇ ਕੱਲ ਨੂੰ ਉੱਥੇ ਐਕਸੈਪਟ ਹੋ ਕੇ ਤੇ ਗਿਣੀ ਵੀ ਜਾਣੀ ਆ। ਉਹਨੂੰ ਮੇਲ ਕਰਨ ਤੋਂ ਬਾਅਦ ਹਫਤਾ ਵੀ ਲੱਗ ਸਕਦਾ, 4 ਦਿਨ ਵੀ ਲੱਗ ਸਕਦੇ ਆ, 3 ਦਿਨ ਵੀ ਲੱਗ ਸਕਦੇ ਆ, 8 ਦਿਨ ਵੀ ਲੱਗ ਸਕਦੇ ਆ। ਸੋ ਇਸ ਕਰਕੇ ਉਹਨੂੰ ਜਾਂ ਤਾਂ ਤੁਸੀਂ ਇਹ ਕਹੋ ਕਿ ਜਿਹੜੀ ਵੋਟ ਹੈਗੀ ਆ ਉਹ ਵੋਟ ਵਾਲੇ ਦਿਨ ਮਿਲਣੀ ਚਾਹੀਦੀ ਆ, ਤੇ ਉਹਨੂੰ ਸਾਰੇ ਬੰਦੇ 1 ਹਫ਼ਤਾ ਪਹਿਲਾਂ ਪਾਉਣ, ਉਹਦੀ ਜਿਹੜੀ ਹੈਗੀ ਡੈਡਲਾਈਨ ਤੁਸੀਂ ਪਹਿਲਾਂ ਰੱਖੋ। ਪਰ ਜੇ ਤੁਸੀਂ ਇੱਕ ਪਾਸੇ ਕਹੀ ਜਾਂਦੇ ਹੋ ਕਿ ਇਹ 3 ਨਵੰਬਰ ਨੂੰ ਪੋਸਟ ਮਾਰਕ ਹੋਣੀ ਚਾਹੀਦੀ ਆ, ਸੋ ਇਫ ਇਟ ਇਜ਼ ਪੋਸਟ ਮਾਰਕਡ ਬਾਏ November 3rd, ਤੇ ਉਸ ਤੋਂ ਬਾਅਦ ਜੇ ਹੁਣ November 3 ਨੂੰ ਪੋਸਟ ਮਾਰਕ ਹੋਈ ਤਾਂ ਉਹ ਕੀ ਪਤਾ ਪੋਸਟ ਆਫਿਸ ਨੇ 5 ਨੂੰ ਪਹੁੰਚਾਉਣੀ ਆ ਕਿ 6 ਨੂੰ ਪਹੁੰਚਾਉਣੀ ਆ ਕਿ 7 ਨੂੰ ਪਹੁੰਚਾਉਣੀ ਆ, ਉਹ ਫਿਰ ਤੁਹਾਨੂੰ ਸਫੀਸ਼ੀਐਂਟ ਟਾਈਮ ਜਿਹੜਾ ਰੀਜ਼ਨੇਬਲੀ ਦੇਣਾ ਚਾਹੀਦਾ। ਜੇ ਬੰਦਾ ਹੁਣ ਵੋਟ ਪਾਇਆ ਆ, 3 ਨੂੰ ਪੋਸਟ ਮਾਰਕ ਹੋ ਗਈ ਤੇ ਉਹਦੀ ਵੋਟ ਅੱਗੇ ਗਿਣੀ ਨਾ ਜਾਵੇ, ਉਹ ਵੀ ਗਲਤ ਆ। ਸੋ ਇਸ ਕਰਕੇ 3-4 ਦਿਨ ਤਾਂ ਵਰਦੇ ਹੀ ਆ ਕਿ ਉਹ ਘੱਟੋ ਘੱਟ ਜਿਹੜੇ ਹੈਗੇ ਆ ਉਹ ਮਤਲਬ 7-8 ਤਰੀਕ ਤੱਕ ਹੋਣੀ ਚਾਹੀਦੀ ਆ। ਪਰ ਜੇ ਇਹ ਨਹੀਂ ਹੁਣ ਗਿਣਗੇ ਤਾਂ ਉਹ ਵੀ ਇੱਕ ਕਿਸਮ ਦਾ ਜਿਹੜਾ ਇਲੈਕਸ਼ਨ ਹੈਗਾ ਉਹਦੇ ਨਾਲ ਮਜ਼ਾਕ ਹੈ, ਕਿਉਂਕਿ ਜਿਹੜੇ ਬੰਦੇ ਨੇ ਪੋਸਟ ਮਾਰਕ ਹੁਣ 3 ਨੂੰ ਕੀਤੀ, 3 ਨੂੰ ਤਾਂ ਪਹੁੰਚ ਨਹੀਂ ਜਾਣੀ ਉਹ 5 ਨੂੰ ਜਾਊਗੀ ਜਾਂ 6 ਨੂੰ ਜਾਊਗੀ। ਸੋ ਇਸ ਤਰ੍ਹਾਂ, ਪਰ ਅਸੀਂ ਇਸੇ ਕਰਕੇ ਸਾਰਿਆਂ ਨੂੰ ਵਾਰ ਵਾਰ ਕਹਿ ਰਹੇ ਹਾਂ, ਜਾਂ ਹੋਰ ਸਾਰਾ ਮੀਡੀਆ ਹੀ ਕਹਿ ਰਿਹਾ, ਮਤਲਬ ਈਵਨ ਅਮੈਰੀਕਨ ਮੀਡੀਆ ਵੀ ਸਾਰੇ ਕਹਿ ਰਹੇ ਆ ਕਿ ਵੋਟ ਪਹਿਲਾਂ ਪਾਓ ਜੀ। ਜੇ ਕਿਸੇ ਨੇ ਮੇਲ ਕਰਨੀ ਆ ਉਹ ਹੁਣ ਟਾਈਮ ਆ ਮੇਲ ਕਰਨ ਦਾ, ਉਹ ਅੱਜ ਕਰੇ ਜਾਂ ਕੱਲ ਨੂੰ ਕਰੇ, ਲੇਟ ਨਾ ਕਰੇ, ਜੇ ਅੱਜ ਕੱਲ ਕਰੋਗੇ ਫੇਰ ਇਹ ਪਹੁੰਚ ਜਾਏਗੀ। ਕਾਫੀ ਸਟੇਟਸ ਦਾ ਤੁਹਾਨੂੰ ਇਹ ਵੀ ਅਲਾਉ ਕਰ ਰਹੇ ਕਿ ਤੁਸੀਂ ਫਿਜ਼ੀਕਲ ਆਪਣਾ ਜੋ ਬੈਲਟ ਤੁਹਾਡੇ ਕੋਲ ਰਿਸੀਵ ਹੋਇਆ ਹੈ ਉਹਨੂੰ ਤੁਸੀਂ ਫਿਜ਼ੀਕਲੀ ਜਾ ਕੇ ਡ੍ਰੌਪ ਆਫ ਕਰ ਸਕਦੇ ਹੋ ਪੋਲਿੰਗ ਪਲੇਸ ਦੇ ਵਿੱਚ। ਇਹ ਵੱਖ ਵੱਖ ਸਟੇਟਸ ਦੇ ਤੁਹਾਨੂੰ ਰੂਲਸ ਚੈੱਕ ਕਰਨੇ ਪੈਣੇ, ਬਟ ਕੁਛ ਸਟੇਟਸ ਇਹ ਵੀ ਅਲਾਉ ਕਰੇ ਕਿ ਤੁਸੀਂ ਫਿਜ਼ੀਕਲੀ ਵਾਕ ਇਨ ਆਪਣਾ ਬੈਲਟ ਉੱਥੇ ਡ੍ਰੌਪ ਆਫ ਕਰ ਸਕਦੇ ਹੋ, ਤੁਸੀਂ ਮੇਲ ਨਹੀਂ ਕਰਨਾ ਉਹਨੂੰ। ਜਸਪ੍ਰੀਤ ਜੀ, ਇੱਕ ਬਹੁਤ ਇੰਟਰਸਟਿੰਗ ਕਮੈਂਟ ਮੈਂ ਸੁਣਿਆ ਸੀ ਇਸ ਕੰਟਰੀ ਦੇ ਇਲੈਕਸ਼ਨਸ ਨੂੰ ਲੈ ਕੇ, ਮੈਂ ਤੁਹਾਡੇ ਓਪੀਨੀਅਨ ਉਹਦੇ 'ਤੇ ਲੈਣਾ ਚਾਹਾਂਗੀ। ਕਿਸੇ ਨੇ ਕਿਹਾ ਸੀ ਕਿ ਯੂਨਾਈਟਿਡ ਸਟੇਟਸ ਦੇ ਇਲੈਕਸ਼ਨਸ ਨੂੰ ਵੇਖਣਾ ਚਾਹੀਦਾ ਹੈ ਐਜ਼ ਇਫ ਇਟਸ 10,000 ਸੈਪਰੇਟ ਇਲੈਕਸ਼ਨਸ ਇਨ ਵੇਰੀਅਸ ਕਾਉਂਟੀਜ਼ ਐਜ਼ ਅਪੋਜ਼ ਟੂ 1 ਫੈਡਰਲ ਇਲੈਕਸ਼ਨ। 10,000 ਇਲੈਕਸ਼ਨਸ ਵੱਖ ਵੱਖ ਕਾਉਂਟੀਜ਼ ਦੇ ਵਿੱਚ ਜੋ ਇੱਕ ਦਿਨ ਕੰਡਕਟ ਹੁੰਦੇ ਹੈ, ਇਸ ਚੀਜ਼ ਦੇ ਬਾਰੇ ਤੁਸੀਂ ਸਾਨੂੰ ਥੋੜ੍ਹਾ ਜਿਹਾ ਕਮੈਂਟ ਕਰੋ, ਬਿਕੋਜ਼ ਇੱਥੇ ਦਾ ਜੋ ਇਲੈਕਸ਼ਨ ਸਿਸਟਮ ਹੈ ਇਟ ਇਜ਼ ਕਾਉਂਟੀ ਬੇਸਡ, ਹਰ ਇੱਕ ਕਾਉਂਟੀ ਦਾ ਵੱਖਰਾ ਸਿਸਟਮ ਹੁੰਦਾ ਹੈ, ਹਰ ਇੱਕ ਸਟੇਟ ਦੇ ਵੱਖਰੇ ਰੂਲਸ ਹੁੰਦੇ ਹੈ। ਸੋ ਲੋਕਾਂ ਨੂੰ ਇਸ ਇਲੈਕਸ਼ਨ ਨੂੰ ਕਿਸ ਤਰ੍ਹਾਂ ਲੈਣਾ ਚਾਹੀਦਾ ਹੈ ਕਿ ਤੁਹਾਡੀ ਕਾਉਂਟੀ ਵੱਖਰੀ ਹੈ, ਮੇਰੀ ਕਾਉਂਟੀ ਵੱਖਰੀ ਹੈ, ਸਾਡੇ ਰੂਲਸ ਬਿਲਕੁਲ ਡਿਫਰੈਂਟ ਹਨ, ਬਟ ਆਪਾਂ ਵੋਟ US ਫੈਡਰਲ ਇਲੈਕਸ਼ਨ ਵਿੱਚ ਕਰ ਰਹੇ ਹਾਂ, ਸੋ ਹਾਊ ਡਜ਼ ਦੈਟ ਆਲ ਵਰਕ? ਦੇਖੋ ਸ਼ਮੀਤਾ ਜੀ, ਇਸ ਤਰ੍ਹਾਂ ਹੈ ਕਿ ਜਿਹੜੀ ਅਮਰੀਕਾ ਦੀ ਇਲੈਕਸ਼ਨ ਹੈ ਇਹਦੇ ਵਿੱਚ ਥੋੜ੍ਹੀ ਸਮਝਣ ਦੀ ਲੋੜ ਆ ਕਿ ਇਹ ਜਿਹੜੀ ਇੱਥੇ ਮਤਲਬ ਪ੍ਰੈਜ਼ੀਡੈਂਟ ਬਣਦਾ ਉਹ ਜਿਹੜਾ ਪਾਪੂਲਰ ਵੋਟ ਨਾਲ ਨਹੀਂ ਬਣਦਾ, ਉਹ ਇਲੈਕਟੋਰਲ ਕਾਲਜ ਦੀ ਮੈਜੋਰਟੀ ਨਾਲ ਬਣਦਾ। ਜਦੋਂ ਅਮਰੀਕਾ ਦੇ ਜਿਹੜੇ ਮਤਲਬ ਫਰੇਮਰਸ ਨੇ ਕੌਨਸਟੀਟਿਊਸ਼ਨ ਦੇ, ਜਦੋਂ ਉਹ ਉੱਥੇ ਫਿਲਡੈਲਫੀਆ ਦੇ ਵਿੱਚ ਉਹਦੇ ਬਾਰੇ ਬਹਿਸ ਹੋ ਰਹੀ ਸੀ, ਗੱਲਬਾਤ ਹੋ ਰਹੀ ਸੀ 1787 'ਚ, ਤਾਂ ਜਿਹੜਾ ਸਭ ਤੋਂ ਵੱਡਾ ਇਸ਼ੂ ਸੀ ਟੈਨਸ਼ਨ ਦਾ ਉਹ ਇਹੀ ਸੀਗਾ ਕਿ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਕਿੱਦਾਂ ਹੋਵੇ। ਹੁਣ ਜਿਹੜੇ ਅਮਰੀਕਾ ਦੇ ਵਿੱਚ ਗਵਰਨਰਸ ਨੇ ਜਾਂ ਮੇਅਰਸ ਨੇ ਜਾਂ ਮਤਲਬ ਕਾਂਗਰਸਮੈਨ ਨੇ ਜਾਂ ਸੈਨੇਟਰਸ ਨੇ, ਉਹ ਸਾਰੇ ਪਾਪੂਲਰ ਵੋਟ ਨਾਲ ਚੁਣੇ ਜਾਂਦੇ ਆ ਆਪੋ ਆਪਣੀ ਸਟੇਟ 'ਚ। ਉਹਦਾ ਕੋਈ ਇਲੈਕਟੋਰਲ ਕਾਲਜ ਨਹੀਂ ਹੁੰਦਾ ਵੀ ਜਿਹਨੂੰ ਜਦ ਜਿਹੜੀ ਹੈਗੀ ਜ਼ਿਆਦਾ ਵੋਟ ਪੈ ਜਾਂਦੀ ਆ ਉਹ ਬਣ ਜਾਂਦਾ। ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਦੋ ਉਸ ਟਾਈਮ ਤੇ ਵਿਚਾਰਧਾਰਾ ਸੀਗੀਆਂ ਜਿਹੜੇ ਇਨੀਸ਼ੀਅਲ 1787 ਦੇ ਵਿੱਚ ਜਦੋਂ ਕੌਨਸਟੀਟਿਊਸ਼ਨ ਬਣਿਆ। ਇੱਕ ਤਾਂ ਇਹ ਸੀਗੀ ਕਿ ਜਿਹੜੀ ਇਲੈਕਸ਼ਨ ਹੈਗੀ ਆ ਉਹ ਹੋਵੇ ਪਾਪੂਲਰ ਵੋਟ ਦੇ ਰਾਹੀਂ, ਮਤਲਬ ਪ੍ਰੈਜ਼ੀਡੈਂਟ ਦੀ ਸਿੱਧੀ ਵੋਟ ਪਵੇ ਅਮਰੀਕਾ ਦੇ ਵਿੱਚ ਜਿਵੇਂ ਗਵਰਨਰ ਦੀ ਪੈਂਦੀ ਆ ਸਟੇਟ 'ਚ। ਦੂਸਰੀ ਇਹ ਸੀਗੀ ਕਿ ਜਿਹੜੀ US ਹਾਊਸ ਆਫ ਰੈਪ੍ਰੈਜ਼ੈਂਟੇਟਿਵਸ ਆ ਉਹ ਸਿਲੈਕਟ ਕਰੇ ਵੀ ਪ੍ਰੈਜ਼ੀਡੈਂਟ ਨੂੰ ਵੀ ਕਿਹੜਾ ਪ੍ਰੈਜ਼ੀਡੈਂਟ ਹੋਵੇਗਾ। ਹੁਣ ਜਿਹੜਾ US ਹਾਊਸ ਆਫ ਰੈਪ੍ਰੈਜ਼ੈਂਟੇਟਿਵ ਦਾ ਸੀਗਾ ਮਾਡਲ ਉਹ ਸੀਗਾ ਇੰਗਲੈਂਡ ਦੀ ਬੇਸ 'ਤੇ ਵੀ ਇੰਗਲੈਂਡ ਹਾਊਸ ਆਫ ਕਾਮਨ ਜਿਹੜਾ ਹੈਗਾ ਉੱਥੋਂ ਪ੍ਰਾਈਮ ਮਿਨਿਸਟਰ ਚੁਣਦਾ, ਤੇ ਉਹ ਉਹਨਾਂ ਨੂੰ ਕਿਉਂਕਿ ਜ਼ਿਆਦਾ ਇੰਗਲੈਂਡ ਤੋਂ ਆਏ ਸੀ, ਉਹਨਾਂ ਨੂੰ ਐਕਸਪੀਰੀਅੰਸ ਸੀਗਾ ਉਹਦਾ,
ਲੇਕਿਨ ਉਹਦੇ ਵਿੱਚ ਜ਼ਿਆਦਾ ਜਿਹੜੇ ਉਸ ਟਾਈਮ ਦੇ ਲੀਡਰ ਸੀ ਉਹਨਾਂ ਨੇ ਸੋਚਿਆ ਵੀ ਜਿਹੜੀ ਡਿਵੀਜ਼ਨ ਆਫ ਪਾਵਰ ਹੈਗੀ ਆ ਕਿ ਅਮਰੀਕਾ ਦੇ ਵਿੱਚ ਜਿਹੜਾ ਐਗਜ਼ੈਕਟਿਵ ਆ ਪ੍ਰੈਜ਼ੀਡੈਂਟ ਆ ਉਹ ਵੱਖਰਾ, ਜਿਹੜੀ ਕਾਂਗਰਸ ਵੱਖਰੀ ਆ, ਜੁਡੀਸ਼ਰੀ ਵੱਖਰੀ ਆ, ਵੀ ਜੇ ਉਹ ਵੀ ਕਾਂਗਰਸ ਨਹੀਂ ਚੁਣਦਾ ਉਹਨੂੰ ਪ੍ਰੈਜ਼ੀਡੈਂਟ ਨੂੰ ਤਾਂ ਉਹ ਜਿਹੜੀ ਹੈਗੀ ਡਿਵੀਜ਼ਨ ਆਫ ਪਾਵਰ ਨਹੀਂ ਰਹਿਣੀ, ਤੇ ਉਹਦੇ ਨਾਲ ਇਹ ਹੋਣਾ ਵੀ ਕਾਂਗਰਸ ਤੇ ਪ੍ਰੈਜ਼ੀਡੈਂਟ ਇਕੱਠੇ ਹੋ ਜਾਣਗੇ, ਉਹ ਜਿਹਦੀ ਜਿਹੜੀ ਮੈਜੋਰਟੀ, ਜਿਵੇਂ ਹੁਣ ਇਸ ਟਾਈਮ ਹਾਊਸ ਮੈਜੋਰਟੀ ਜਿਹੜੀ ਹੈਗੀ ਡੈਮੋਕ੍ਰੈਟਿਕ ਪਾਰਟੀ ਦੀ ਆ, ਉਹ ਤਾਂ ਫਿਰ ਨੈਨਸੀ ਪਲੋਸੀ ਬਣਾਊਗੀ ਪ੍ਰੈਜ਼ੀਡੈਂਟ, ਜਿਹਨੂੰ ਮਰਜ਼ੀ ਬਣਾ ਦੇਵੇ। ਤੇ ਜਿਵੇਂ ਇੰਡੀਆ 'ਚ ਹੁੰਦਾ ਵੀ ਪਾਰਲੀਮੈਂਟ ਜਿਹੜੀ ਹੈਗੀ ਆ ਲੋਕ ਸਭਾ ਉਹ ਪ੍ਰਾਈਮ ਮਿਨਿਸਟਰ ਚੁਣਦੀ ਆ, ਉਹਨਾਂ ਨੇ ਕਿਹਾ ਵੀ ਇਹ ਨਹੀਂ ਹੋ ਸਕਦਾ। ਜਿਹੜੀ ਸੀਗੀ ਪਾਪੂਲਰ ਵੋਟ ਉਹ ਤੇ ਜਿਹੜੀਆਂ ਸਦਰਨ ਸਟੇਟ ਸੀਗੀਆਂ ਉਸ ਟਾਈਮ ਤੇ ਉਹਨਾਂ 'ਚ ਸੀਗੀ ਸਲੇਵਰੀ, ਤੇ ਉਹਨਾਂ ਨੇ ਕਿਹਾ ਵੀ ਜਿਹੜੀ ਸਲੇਵਰੀ ਆ ਉਹਦੇ ਕਰਕੇ ਸਾਡੀਆਂ ਤਾਂ ਇੱਥੇ ਵੋਟਾਂ ਹੀ ਬਹੁਤ ਘੱਟ ਆ, ਕਿਉਂਕਿ ਉਸ ਟਾਈਮ ਜਿਹੜੇ ਸਲੇਵ ਸੀਗੇ ਜਾਂ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਨੂੰ ਵੋਟਾਂ ਦਾ ਅਧਿਕਾਰ ਨਹੀਂ ਸੀਗਾ। ਤੇ ਲੇਕਿਨ ਜਿਹੜਾ ਸੈਂਸਸ ਹੁੰਦਾ ਅਮਰੀਕਾ ਦੇ ਵਿੱਚ ਉਹ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਦੇ ਆਧਾਰ ਤੇ ਨਹੀਂ ਹੁੰਦਾ, ਉਹ ਹੁੰਦਾ ਪਾਪੂਲੇਸ਼ਨ ਦੇ ਆਧਾਰ ਤੇ। ਸੋ ਸਟੇਟਾਂ ਦੀ ਆਬਾਦੀ ਤਾਂ ਬਹੁਤ ਸੀਗੀ, ਉਹਨਾਂ ਦੇ ਵਿੱਚ ਸਲੇਵਸ ਵੀ ਗਿਣੇ ਜਾਂਦੇ ਸੀ ਆਬਾਦੀ 'ਚ, ਲੇਕਿਨ ਜਿਹੜੀਆਂ ਵੋਟ ਦਾ ਅਧਿਕਾਰ ਸੀਗਾ ਉਹ ਉਹਨਾਂ ਨੂੰ ਹੈ ਨਹੀਂ ਸੀ। ਤੇ ਉਹਦੇ ਕਰਕੇ ਉਹਨਾਂ ਨੂੰ ਇਹ ਲੱਗਿਆ ਵੀ ਸਾਨੂੰ ਜਿਹੜਾ ਵੋਟ ਦਾ ਤਾਂ ਅਧਿਕਾਰ ਹੈ ਨਹੀਂ, ਤੇ ਜਿਹੜੀ ਮਤਲਬ ਵੀ ਸਾਡੀ ਗਿਣਤੀ ਜਿਹੜੀ ਆ ਉਹ ਵੋਟਾਂ ਨਹੀਂ ਗਿਣੀਆਂ ਜਾਣੀਆਂ। ਤੇ ਉਹਨਾਂ ਨੇ ਕੀਤਾ, ਉਹਨਾਂ ਨੇ ਕਿਹਾ ਵੀ ਇਹ ਸਾਨੂੰ ਮਨਜ਼ੂਰ ਨਹੀਂ ਗਾ। ਫਿਰ ਵਾਇਆ ਮੀਡੀਆ ਇਹ ਕੱਢਿਆ ਗਿਆ ਕਿ ਇੱਕ ਇਲੈਕਟੋਰਲ ਕਾਲਜ ਬਣਾਇਆ ਜਾਵੇ। ਹੁਣ ਇਲੈਕਟੋਰਲ ਕਾਲਜ ਕੀ ਆ? ਇਹ ਬੇਸਿਕਲੀ ਇੱਕ ਸਟੇਟ ਦੇ ਵਿੱਚ ਜਿੰਨੇ ਹਾਊਸ ਆਫ ਰੈਪਰਜੈਂਟੇਟਿਵਸ ਦੇ ਮੈਂਬਰ ਨੇ ਤੇ 2 ਸੈਨੇਟ ਦੇ ਮੈਂਬਰ, ਉਹਨਾਂ ਦੀ ਜਿੰਨੀ ਗਿਣਤੀ ਆ ਉਹ ਸਟੇਟ ਦੇ ਇਲੈਕਟੋਰਲ ਕਾਲਜ ਦੇ ਵੋਟਰਸ ਦੀ ਗਿਣਤੀ ਹੁੰਦੀ ਆ। ਅੱਛਾ ਜੀ। ਜਿਵੇਂ ਹੁਣ ਕੈਲੀਫੋਰਨੀਆ ਦੇ ਵਿੱਚ ਫਰਜ਼ ਕਰੋ ਜੇ ਹਾਊਸ ਆਫ ਰੈਪਰਜੈਂਟੇਟਿਵ ਦੇ ਮੈਂਬਰ 53 ਨੇ ਤੇ 2 ਸੈਨੇਟਰ ਹੋ ਗਏ, ਤੇ ਇੱਥੇ ਜਿਹੜੀ ਗਿਣਤੀ ਆ 55 ਹੋਵੇਗੀ। ਸੋ ਜਿਹੜੀ ਵੀ ਸਟੇਟ ਤੁਸੀਂ ਦੇਖ ਲਓ ਉਹਦੇ ਵਿੱਚ ਜਿੰਨੇ ਹਾਊਸ ਦੇ ਮੈਂਬਰ ਨੇ ਪਲੱਸ 2 ਸੈਂਟਰ ਹਰੇਕ ਸਟੇਟ ਦੇ, ਉਨੀ ਗਿਣਤੀ ਇਲੈਕਟੋਰਲ ਕਾਲਜ ਦੇ ਮੈਂਬਰਾਂ ਦੀ ਆ ਉਹ ਸਟੇਟ ਦੇ ਵਿੱਚੋਂ ਜੀ, ਤੇ ਪਲੱਸ 3 ਹੈਗੇ ਡਿਸਟ੍ਰਿਕਟ ਆਫ ਕੋਲੰਬੀਆ ਚੋਂ। ਇਸ ਕਰਕੇ ਟੋਟਲ ਬਣ ਗਏ 538। ਹੁਣ ਇਹ ਜਿਹੜੇ ਇਲੈਕਟੋਰਲ ਕਾਲਜ ਦੇ ਮੈਂਬਰ ਨੇ ਇਹ ਜਿਹੜੇ ਨੋਮੀਨੇਟ ਕੀਤੇ ਜਾਂਦੇ ਨੇ ਆਮ ਤੌਰ ਤੇ, ਜਿਹੜਾ ਮਤਲਬ ਕੈਂਡੀਡੇਟ ਹੁੰਦਾ ਉਹ ਆਪਣੇ ਬੰਦੇ ਨੋਮੀਨੇਟ ਕਰਦਾ, ਜਿਵੇਂ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਕੀਤੇ ਆ ਹਰੇਕ ਸਟੇਟ 'ਚ, ਤੇ ਜਿਹੜਾ ਹੈਗਾ ਵਾਈਸ ਪ੍ਰੈਜ਼ੀਡੈਂਟ ਬਾਈਡਨ ਨੇ ਆਪਣੇ ਕੀਤੇ ਆ। ਤੇ ਉਹ ਜਿਹੜੇ ਇਲੈਕਟੋਰਲ ਕਾਲਜ ਦੇ ਮੈਂਬਰ ਹੁੰਦੇ ਨੇ, ਜਦੋਂ ਵੀ ਕੋਈ ਬੰਦਾ ਸਟੇਟ ਜਿੱਤਦਾ ਆ ਤਾਂ ਉਹ ਉਹਨਾਂ ਦੀ ਇਲੈਕਸ਼ਨ ਹੁੰਦੀ ਆ, ਮਤਲਬ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਹੀਂ ਹੁੰਦੀ, ਦੇ ਵਿਨ। ਉਹ ਫਿਰ ਅੱਗੇ ਦਸੰਬਰ ਦੇ ਸੈਕਿੰਡ ਵੀਕ ਦੇ ਵਿੱਚ ਹਰ ਸਟੇਟ ਦੇ ਕੈਪੀਟਲ ਦੇ ਵਿੱਚ, ਜਿਵੇਂ ਹੁਣ ਕੈਲੀਫੋਰਨੀਆ ਦਾ ਕੈਪੀਟਲ ਹੋ ਗਿਆ ਸੈਕਰਾਮੈਂਟੋ, ਤੇ ਨਿਊਯਾਰਕ ਦਾ ਕੈਪੀਟਲ ਹੋ ਗਿਆ ਆਲਬਨੀ, ਉੱਥੇ ਮੀਟਿੰਗ ਕਰਕੇ ਉਹ ਵੋਟਾਂ ਪਾਉਂਦੇ ਆ, ਤਾਂ ਉਹ ਕਹਿੰਦੇ ਆ ਵੀ ਕਿਹਨੂੰ ਅਸੀਂ ਜਿਹੜਾ ਹੈਗਾ ਪ੍ਰੈਜ਼ੀਡੈਂਟ ਬਣਾਇਆ। ਹੁਣ ਉਹਨਾਂ ਦੀ ਸਿਲੈਕਸ਼ਨ ਇਸ ਤਰ੍ਹਾਂ ਹੁੰਦੀ ਆ ਕਿ ਜ਼ਿਆਦਾ ਸਟੇਟਾਂ ਜਿਹੜੀਆਂ ਨੇ, ਮਤਲਬ ਮੋਸਟ ਆਫ ਦੈਮ, ਉਹ ਟੇਕ ਆਲ ਆ। ਟੇਕ ਆਲ ਦਾ ਮਤਲਬ ਇਹ ਆ ਵੀ ਜੇ ਇੱਕ ਸਟੇਟ ਦੇ ਵਿੱਚ ਜੀ ਇੱਕ ਕੈਂਡੀਡੇਟ ਜਿੱਤਦਾ ਆ ਤਾਂ ਉਹ ਸਾਰੀਆਂ ਇਲੈਕਟੋਰਲ ਕਾਲਜ ਦੀਆਂ ਵੋਟਸ ਉਹਨੂੰ ਮਿਲ ਜਾਂਦੀਆਂ। ਫੋਰ ਐਗਜ਼ਾਮਪਲ ਅੱਜ ਹੁਣ ਕੈਲੀਫੋਰਨੀਆ ਦੀ ਮਿਸਾਲ ਲਈਏ ਤਾਂ ਇਹਦੇ ਵਿੱਚ 55 ਇਲੈਕਟੋਰਲ ਕਾਲਜ ਦੀਆਂ ਵੋਟਾਂ ਨੇ ਜਿਹੜੀਆਂ ਕਿ ਹਾਊਸ ਆਫ ਰੈਪਰਜੈਂਟੇਟਿਵ ਤੇ ਸੈਨੇਟ ਦੇ ਜਿਹੜੇ 2 ਸੈਂਟਰ ਉਹਦੇ ਮੁਤਾਬਕ ਨੇ, ਸੇਮ ਨੰਬਰ ਆ ਜੀ। ਹੁਣ ਜੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਵੋਟ ਪੈ ਰਹੀ ਆ ਉਹ ਜੇ 60% ਜੋ ਬਾਈਡਨ ਨੂੰ ਪੈਂਦੀ ਆ ਤੇ 40% ਪ੍ਰੈਜ਼ੀਡੈਂਟ ਟਰੰਪ ਨੂੰ ਪੈਂਦੀ ਆ, ਫੋਰ ਐਗਜ਼ਾਮਪਲ, ਤਾਂ ਜੋ ਬਾਈਡਨ ਜਿਹੜੇ ਹੈਗੇ ਆ ਉਹ ਕੈਲੀਫੋਰਨੀਆ ਸਟੇਟ ਦੀ ਜ਼ਿਆਦਾ ਪਾਪੂਲਰ ਵੋਟ ਲੈ ਜਾਂਦੇ ਆ, ਤੇ ਜਿੰਨੇ ਇਲੈਕਟੋਰਲ ਕਾਲਜ ਦੇ ਮੈਂਬਰ ਜੋ ਬਾਈਡਨ ਦੇ ਹੋਣਗੇ ਉਹ ਇਲੈਕਟਡ ਸਮਝੇ ਜਾਣਗੇ, ਉਹ 55 ਦੇ 55, 55 ਦੇ 55 ਜੋ ਬਾਈਡਨ ਨੂੰ ਮਿਲਣਗੇ, ਨਾ ਕਿ ਪ੍ਰੈਜ਼ੀਡੈਂਟ ਟਰੰਪ ਨੂੰ। ਇਸੇ ਤਰ੍ਹਾਂ ਜੇ ਪ੍ਰੈਜ਼ੀਡੈਂਟ ਟਰੰਪ ਕਿਸੇ ਸਟੇਟ ਜਿਵੇਂ ਫਰਜ਼ ਕਰੋ ਟੈਕਸਸ ਦੇ ਵਿੱਚ ਫਰਜ਼ ਕਰੋ ਲੈ ਜਾਂਦੇ ਨੇ, ਤਾਂ ਜਿਹੜੇ 38 ਮੈਂਬਰ ਨੇ ਟੈਕਸਸ ਦੇ ਉਹ ਸਾਰੇ ਉਹਨਾਂ ਦੇ ਚਲੇ ਜਾਣਗੇ। ਸੋ ਇਹ ਤੇ 2 ਸਟੇਟਾਂ ਹੈਗੀਆਂ ਨਬਰਾਸਕਾ ਤੇ ਮੇਨ, ਜਿਨ੍ਹਾਂ ਦੇ ਵਿੱਚ ਤੁਸੀਂ ਜਿਹੜੇ ਮਤਲਬ ਡਿਸਟ੍ਰਿਕਟ ਦੇ ਵਿੱਚੋਂ ਜਿਹੜਾ ਜਿੱਤਦਾ ਉਹ ਵੋਟ ਨੂੰ ਜਾਂਦੀ ਹੈ ਜੀ, ਮਤਲਬ ਉਹ 2 ਸਟੇਟਾਂ ਦੇ ਵਿੱਚ ਮਤਲਬ ਪੂਰਾ ਸਟੇਟ ਦਾ ਨਹੀਂ ਹੈਗਾ ਜੀ। ਜੇ ਇੱਕ ਜਿਹੜਾ ਹੈਗਾ ਡਿਸਟ੍ਰਿਕਟ ਦੇ ਵਿੱਚੋਂ ਇੱਕ ਜਿੱਤ ਗਿਆ, ਫਿਰ ਕਰੋ ਮਤਲਬ ਬਾਈਡਨ ਜਿੱਤ ਗਿਆ ਉਹਨੂੰ ਜਾਏਗੀ, ਦੂਜੇ ਤੋਂ ਜਿਹੜਾ ਹੈਗਾ ਦੂਜਾ ਟਰੰਪ ਆ ਉਹਨੂੰ ਜਾਏਗੀ ਜੀ। ਸੋ ਇਸ ਤਰ੍ਹਾਂ ਹਰੇਕ ਸਟੇਟ ਦੇ ਜਿਹੜੇ ਜਿਹੜਾ ਕੈਂਡੀਡੇਟ ਜਿੱਤਦਾ ਆ ਉਸ ਕੈਂਡੀਡੇਟ ਦੇ ਜਿਹੜੇ ਇਲੈਕਟੋਰਲ ਕਾਲਜ ਦੇ ਮੈਂਬਰ ਉਹਨੇ ਨੋਮੀਨੇਟ ਕੀਤੇ ਨੇ ਉਹ ਇਲੈਕਟ ਹੋ ਜਾਂਦੇ ਆ ਜੀ, ਤੇ ਉਹਨਾਂ ਦੀ ਮੀਟਿੰਗ ਹੁੰਦੀ ਆ ਦਸੰਬਰ ਦੇ ਸੈਕਿੰਡ ਵੀਕ ਦੇ ਵਿੱਚ ਸਟੇਟ ਦੇ ਕੈਪੀਟਲ 'ਚ। ਅੱਛਾ ਜੀ। ਤੇ ਉਹ ਸਟੇਟ ਦੇ ਕੈਪੀਟਲ ਦੇ ਵਿੱਚ ਉਹ ਫਿਰ ਵੋਟ ਪਾਉਂਦੇ ਨੇ ਕਿ ਅਸੀਂ ਜੀ ਹੁਣ ਮਤਲਬ ਇਹਨੂੰ ਵੋਟ ਪਾਈ ਆ, ਉਹ ਜਿਹਦੇ ਵੀ ਹੁੰਦੇ ਆ, ਜੇ ਹੁਣ ਬਾਈਡਨ ਦੇ ਉਹ ਬਾਈਡਨ ਨੂੰ ਪਾਉਣਗੇ, ਟਰੰਪ ਦੇ ਟਰੰਪ ਨੂੰ ਪਾਉਣਗੇ ਜੀ। ਉਹ ਸਾਰੀਆਂ ਜਿਹੜੀਆਂ ਮਤਲਬ ਵੋਟਾਂ ਨੇ ਜਿਹੜੇ ਉਹ ਪੇਪਰ ਨੇ ਉਹ ਹਾਊਸ ਦਾ ਜਿਹੜਾ ਸਪੀਕਰ ਆ ਉਹਨੂੰ ਡਿਲੀਵਰ ਹੋ ਜਾਂਦੇ ਆ, ਤੇ ਫਿਰ ਜਿਹੜੀ ਮਤਲਬ ਕਾਂਗਰਸ ਹੈਗੀ ਜਿਹੜਾ ਹਾਊਸ ਦਾ ਸਪੀਕਰ ਆ ਉਹਦੇ ਕੋਲ ਜਦੋਂ ਆ ਜਾਂਦੇ ਆ ਤਾਂ ਉਹ ਫਿਰ ਅਨਾਊਂਸ ਕਰਦਾ ਕਿ ਅਸੀਂ ਇਹ ਇਲੈਕਸ਼ਨ ਦੇ ਵਿੱਚ ਜਿਹੜਾ ਮਤਲਬ ਇਲੈਕਟੋਰਲ ਕਾਲਜ ਆ ਉਹਨੇ ਇਸ ਬੰਦੇ ਨੂੰ
ਜਾਂ ਇਸ ਕੈਂਡੀਡੇਟ ਨੂੰ ਜਿਹੜੀਆਂ ਹੈਗੀਆਂ ਉਹ 270 ਤੋਂ ਵੱਧ ਵੋਟਾਂ ਪਈਆਂ ਨੇ ਤੇ ਇਸ ਕਰਕੇ ਇਹਨੂੰ ਜਿਹੜਾ ਹੈਗਾ ਪ੍ਰੈਜ਼ੀਡੈਂਟ ਅਸੀਂ ਬਣਾਉਣ ਲਈ ਇਨਵਾਈਟ ਕਰਦੇ ਹਾਂ। ਫਿਰ ਉਹ ਇਨਵੀਟੇਸ਼ਨ ਦਿੰਦੇ ਨੇ ਜਿਹੜਾ ਕਿ ਜਨਵਰੀ ਦੇ ਫਸਟ ਵੀਕ ਦੇ ਵਿੱਚ ਸਹੁੰ ਚੱਕੀ ਜਾਂਦੀ ਆ। ਸੋ ਬੇਸਿਕਲੀ ਜਿਹੜੀ ਆਪਾਂ ਇਹ ਕਹਿ ਲਈਏ ਟੂ ਸਮਿਟ ਅਪ ਕਿ ਜਿਹੜੀ ਸਟੇਟ ਦੇ ਵਿੱਚ ਵੋਟ ਪੈਂਦੀ ਹੈ ਜਾਂ ਤੁਸੀਂ ਕਹਿ ਰਹੇ ਹੋ ਕਾਉਂਟੀਆਂ 'ਚ ਵੋਟ ਪੈਂਦੀ ਆ ਉਹਦੇ ਜਿਹੜਾ ਫੈਸਲਾ ਹੁੰਦਾ ਵੀ ਕੌਣ ਜਿੱਤੇਗਾ, ਮਤਲਬ ਕੈਂਡੀਡੇਟ ਚਾਹੇ ਜਿਵੇਂ ਹੁਣ ਇਸ ਟਾਈਮ ਦੀ ਗੱਲ ਕਰ ਲਈ ਆ ਵੀ ਬਾਇਡਨ ਜਿੱਤੇਗਾ ਜਾਂ ਟਰੰਪ ਜਿੱਤੇਗਾ, ਉਹਦਾ ਫੈਸਲਾ ਪਾਪੂਲਰ ਵੋਟ ਨਾਲ ਹੋਣਾ ਕਿ ਜਿਹਨੂੰ ਜ਼ਿਆਦਾ ਵੋਟ ਸਟੇਟ ਦੇ ਵਿੱਚ ਪਏਗੀ ਉਹ ਬੰਦਾ ਉਹ ਸਟੇਟ 'ਚੋਂ ਜਿੱਤੇਗਾ। ਲੇਕਿਨ ਜਿਹੜੇ ਇਲੈਕਟੋਰਲ ਕਾਲਜ ਦੇ ਮੈਂਬਰ ਨੇ ਉਹ ਜਿਹਨੂੰ ਜ਼ਿਆਦਾ ਪਾਪੂਲਰ ਵੋਟ ਪੈ ਗਈ ਜਿਹੜਾ ਮੈਜੋਰਟੀ ਉਹਦੇ ਬੰਦੇ ਇਲੈਕਟ ਹੋ ਜਾਣਗੇ, ਦੂਜੇ ਬੰਦੇ ਇਲੈਕਟ ਨਹੀਂ ਹੋਣਗੇ ਤੇ ਉਹ ਫਿਰ ਅੱਗੇ ਜਾ ਕੇ ਜਿਹੜੇ ਹੈਗੇ ਚੁਣਦੇ ਆ ਤੇ ਉਹ ਜਿਹੜੇ ਇਲੈਕਟੋਰਲ ਕਾਲਜ ਦੇ ਮੈਂਬਰ ਨੇ ਉਹਨਾਂ ਦਾ ਬੇਸਿਕਲੀ ਨਾਮ ਹੀ ਨਹੀਂ ਹੁੰਦਾ ਬੈਲਟ ਤੇ, ਮਤਲਬ ਕਿਸੇ ਨੂੰ ਪਤਾ ਕੌਣ ਨੇ। ਮੇਰਾ ਨਹੀਂ ਖਿਆਲ ਵੀ ਕਿਸੇ ਸਟੇਟ 'ਚ ਕਿਸੇ ਨੂੰ ਪਤਾ ਹੋਊਗਾ ਵੀ ਨਿਊਯਾਰਕ 'ਚ ਕਿਹੜੇ ਆ, ਕੈਲੀਫੋਰਨੀਆ 'ਚ ਕਿਹੜੇ ਆ, ਉਹ ਇੱਥੇ ਜਿਹੜੀ ਜਿਹੜੀ ਮਤਲਬ ਬੈਲਟ ਆ ਉਹਦੇ ਉੱਤੇ ਨਾ ਸਿਰਫ ਜੋ ਬਾਈਡਨ ਦਾ ਤੇ ਕਮਲਾ ਹੈਰਿਸ ਦਾ ਜਾਂ ਡੋਨਲਡ ਟਰੰਪ ਦਾ ਜਾਂ ਮਾਈਕ ਪੈਂਸ ਦਾ, ਲੇਕਿਨ ਜਿਹੜੀ ਵੋਟ ਪੈਣੀ ਆ ਜੇ ਉਹ ਸਟੇਟ ਦੇ ਵਿੱਚੋਂ ਜਿਹੜਾ ਜਿੱਤਦਾ ਉਹਦੇ ਇਲੈਕਟੋਰਲ ਕਾਲਜ ਦੇ ਜਿਹੜੇ ਬੰਦੇ ਚੁਣੇ ਜਾਣਗੇ ਉਹ ਫਿਰ ਦਸੰਬਰ ਦੇ ਵਿੱਚ ਆਪੋ ਆਪਣੇ ਸਟੇਟ ਕੈਪੀਟਲ ਦੇ ਵਿੱਚ ਜਾ ਕੇ ਤੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਕਰਨਗੇ। ਇਹ ਤਰੀਕਾ ਹੈਗਾ। ਥੈਂਕ ਯੂ ਸੋ ਮਚ ਜਸਪ੍ਰੀਤ ਜੀ, ਤੁਸੀਂ ਇੰਨੇ ਕੰਪਲਿਕੇਟਡ ਪ੍ਰੋਸੈਸ ਨੂੰ ਕਿੰਨੇ ਸਿੰਪਲ ਸ਼ਬਦਾਂ 'ਚ ਸਾਡੇ ਨਾਲ ਸ਼ੇਅਰ ਕੀਤਾ। ਵੀ ਅਪਰੀਸ਼ੀਏਟ ਦੈਟ, ਹਮੇਸ਼ਾ ਤੁਸੀਂ ਸਾਨੂੰ ਥੋੜ੍ਹੀ ਜਿਹੀ ਨੌਲੇਜ ਦਿੰਦੇ ਹੋ ਇਸ ਸਬਜੈਕਟ 'ਤੇ। ਤੁਹਾਡੇ ਲਾਅ ਆਫਿਸਿਸ ਦੀ ਸਾਰੀ ਇਨਫੋਰਮੇਸ਼ਨ ਸਕਰੀਨ 'ਤੇ ਲਿਖੀ ਹੋਈ ਹੈ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਪ੍ਰੋਗਰਾਮ ਨੂੰ ਅਗਰ ਤੁਸੀਂ ਮਿਸ ਕਰਤਾ ਹੈ ਤਾਂ ਰਿਪੀਟ ਤੁਸੀਂ ਸ਼ਾਮ ਨੂੰ ਵੇਖ ਸਕਦੇ ਹੋ 9:30 ਪੈਸੀਫਿਕ, 12:30 ਈਸਟਰਨ, ਅਤੇ ਆਫਕੋਰਸ ਸੋਸ਼ਲ ਮੀਡੀਆ 'ਤੇ ਵੀ ਅਵੇਲੇਬਲ ਹੋਏਗਾ। ਜਸਪ੍ਰੀਤ ਜੀ, ਹੈਵ ਅ ਗੁੱਡ ਰੈਸਟ ਆਫ ਯੂਰ ਵੀਕ। ਅਗਲੇ ਹਫ਼ਤੇ ਤੁਹਾਡੇ ਨਾਲ ਫਿਰ ਗੱਲ ਕਰਾਂਗੇ ਆਨ ਇਲੈਕਸ਼ਨ ਡੇ। ਸਤਿ ਸ਼੍ਰੀ ਅਕਾਲ। ਐਂਡ ਮੈਂ ਬਾਕੀ ਵਿਊਰਸ ਨੂੰ ਦੱਸਣਾ ਚਾਹੁੰਦੀ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਕੋਲ ਸਾਡੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmit@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।